और थल्यो बोले सोने हाल दे नारे मार दे आ। मैनू एक गल का जवाब दे दो कि इस लड़ाई का पंजाब अते पंजाबियां नू की फायदा। सिद्धू उहदे च कह रहा मैं बिक्रम जीठीए के पटे मारूंगा, इहनू मैं पुट्ठा टंग देना, इहदा मैं धुआं कढ देना, भैण इस तरह करदी आ, इहदा जीजा इस तरह करदा वा। साथियो अज मैं गल करन लगा कि बड़े दिनों तो जिहड़ी बिक्रम सिंह मजीठिया ते नवजोत सिंह सिद्धू की लड़ाई चल रही है एक दूजे दे नाल, और किवें दोवें जाने एक दूजे दे नाल कुत्त्यो कुत्ती हो रहे आ। मैं उन्हां दोवां नूं सलाह देनी चाहुंदा कि एक घटिया पद्धर की जिहड़ी राजनीति आ ये तुहाडी पंजाब दे प्रति जिहड़ी मानसिकता वा उहनूं दर्शाउंदी आ, और तुहाडे नाल नाल उन्हां लोकां दी मानसिकता भी दर्शाउंदी आ जिहड़े इस लड़ाई नूं सीरीअसली लैंदे आ और थल्लिओ बोले सोने हाल दे नारे मारदे आ। मैनूं इक गल दा जवाब दे दो कि इस लड़ाई का पंजाब अते पंजाबियां नू की फायदा। जिवें सिद्धू उहदे च कह रहा मैं बिक्रम जीठीए दे पटे मारूंगा, इहनू मैं पुट्ठा टंग देना, इहदा मैं धुआं कढ देना, इहदी भैण इस तरह करदी आ, इहदा जीजा इस तरह करदा वा, इहदा मैं फलाणा कर दूंगा, इह साला वा उहदा, इहने छूप पी लो इहो जिहियां रीसां उहदे विच लाउंदा। मैं सिद्धू साहब तैनू इह गल कहना चाहुंदा कि रीस तैनू कल्ले नू नहीं लाउणी आउंदी, रीसां मैं भी बड़ियां ला लैंदा वा। की संस्कार आ तेरे, जे उन्हें कितने तेनू माण ना क्या भी होगा किसी वेले भी सूप पी ला जां नूडल खा ला, यह आओ भगदा जिहड़ा उहदा मजाक उडाउण डिया वा, तेरे नालों वध मजाक मैं भी उड़ा सकदा वा। रोटियां तू मैनू भी बड़ियां अपने टेबल ते बहा के ते खवाईआं सी ते मैनू भी तू कहिंदा हुंदा सीगा एक ब्रैन आटा है ये खा लो ये बड़ा वधिया वा। की तेरे नाल खाधी रोटी दा ते तेरी खाधी रोटी दा हुण मैं मजाक उडाउंदा फिरां? यह संस्कार मेरे माँ बाप ने नहीं दिते। नाले इहदे नाल पंजाबियों नू कोई फायदा नहीं होना। मैं जिन्ना मर्जी मजाक उड़ा लवां, गल जिन्ने मर्जी जोर ना करो, जिन्ने मर्जी गुस्से ना करो, पर गल ते पंजाब दी करो। उधरों बिक्रम जीठिया की कह रहा इहदी धौण दे उत्ते मैं गोडा रख देना, मैं आ गया तैनू मैं घसुन मार के अंदर कर देना, इहनू इहदी हुण जिहड़ी इह लत्त बांह ना कितें टुट जावे, इह कितें मर ना जावे, इहदे न्याणे जिहड़े आई एस आई पाकिस्तान की एजेंसी आ ਉਹ ਸਾਹਮਣੇ ਫਿਰੂਗੀ। ਮੈਂ ਤੈਨੂੰ ਵੀ ਕਹਿੰਦਾ ਭਰਾਵਾ ਕਿਸੇ ਦੇ ਬੱਚਿਆਂ ਬਾਰੇ ਫਾਲਤੂ ਨਾ ਬੋਲਿਆ ਕਰ, ਬੱਚੇ ਸਾਰਿਆਂ ਦੇ ਇੱਕੋ ਜਿਹੇ ਹੁੰਦੇ ਆ ਔਰ ਸਾਰੇ ਹੀ ਆਪਣੇ ਬੱਚਿਆਂ ਨੂੰ ਬਹੁਤ ਪਿਆਰ ਕਰਦੇ ਆ, ਇਹਦੇ ਨਾਲ ਕੋਈ ਫਾਇਦਾ ਨਹੀਂ ਹੋਣਾ। ਪਰ ਤੇਰੀ ਆਦਤ ਆ ਲੋਕਾਂ ਦੇ ਨਿਆਣਿਆਂ ਨੂੰ ਵੀ ਮਾੜਾ ਚੰਗਾ ਕਹਿਣਾ। ਮੈਂ ਫਿਰ ਵੀ ਤੈਨੂੰ ਇਹ ਗੱਲ ਕਹੂੰਗਾ ਕਿ ਦੁਸ਼ਮਣੀ ਜਮ ਕਰ ਕਰੋ, ਲੇਕਿਨ ਇਹ ਗੁੰਜਾਇਸ਼ ਰਹੇ ਕਿ ਜਬ ਕਭੀ ਦੋਸਤ ਹੋ ਜਾਏ ਤੋ ਸ਼ਰਮਿੰਦਾ ਨਾ ਹੋਣਾ ਪੜੇ। ਮਤਲਬ ਇਸ ਪੱਧਰ ਤੱਕ ਤੁਸੀਂ ਦੋਵੇਂ ਡਿੱਗੇ ਹੋ, ਸੋ ਤੁਹਾਡੀ ਇਸ ਲੜਾਈ ਦਾ ਕੋਈ ਫਾਇਦਾ ਨਹੀਂ। ਗੱਲ ਕਰਨੀ ਆ ਤਾਂ ਪੰਜਾਬ ਦੀ ਗੱਲ ਕਰੋ, ਬੱਚੇ ਟੈਂਕੀਆਂ ਦੇ ਉੱਤੇ ਚੜ੍ਹ ਰਹੇ ਆ, ਖੁਦਕੁਸ਼ੀਆਂ ਕਰ ਰਹੇ ਆ, ਕਾਰੋਬਾਰ ਹੈ ਨਹੀਂ ਪੰਜਾਬ ਦਾ, ਬੱਚੇ ਬਾਹਰਲੇ ਮੁਲਕਾਂ ਦੇ ਵਿੱਚ ਭੱਜ ਰਹੇ ਆ, ਕ੍ਰਾਈਮ ਇੰਨਾ ਜ਼ਿਆਦਾ, ਲੋਕ ਖਾਣ ਨੂੰ ਵੀ ਤਰਸ ਗਏ ਅਤੇ ਬੱਚਿਆਂ ਦੀਆਂ ਫੀਸਾਂ ਨਹੀਂ ਦਿੱਤੀਆਂ ਜਾ ਰਹੀਆਂ, ਔਰ ਜਿਹੜਾ ਬਹੁਤਾ ਕ੍ਰਾਈਮ ਆ ਉਹ ਲੋਕਾਂ ਦੀਆਂ ਲੋੜਾਂ ਕਰਕੇ ਬੱਚਿਆਂ ਨੇ ਜਿਹੜਾ ਕ੍ਰਾਈਮ ਕਰਨਾ ਸ਼ੁਰੂ ਕਰਤਾ। ਇਹ ਮਤਲਬ ਸਾਡੇ ਸੂਬੇ ਦੀ ਭੁੱਖਮਰੀ ਦੀ ਨਿਸ਼ਾਨੀ ਆ ਕਿ ਜੇ ਲੋੜਾਂ ਨਾਲ ਬੱਚੇ, ਇੱਕ ਤਾਂ ਅਯਾਸ਼ ਪ੍ਰਸਤੀ ਲਈ ਕ੍ਰਾਈਮ ਕਰਨਾ ਹੁੰਦਾ ਨਾ ਪੈਸਿਆਂ ਲਈ, ਜੇ ਲੋੜਾਂ ਲਈ ਕ੍ਰਾਈਮ ਹੋਣਾ ਸ਼ੁਰੂ ਹੋ ਜਾਵੇ ਤਾਂ ਉਹ ਸਾਡੇ ਸੂਬੇ ਦੀ ਭੁੱਖਮਰੀ ਦੀ ਨਿਸ਼ਾਨੀ ਆ। ਸਕੂਲਾਂ 'ਚ ਪੜ੍ਹਾਈ ਨਹੀਂ ਹੈਗੀ, ਹਸਪਤਾਲਾਂ ਦੇ ਵਿੱਚ ਦਵਾਈ ਨਹੀਂ ਹੈਗੀ ਅਤੇ ਇਲਾਜ ਨਹੀਂ ਹੈਗਾ। ਮੁੱਦੇ 'ਤੇ ਇਹ ਹੋਣੇ ਚਾਹੀਦੇ ਆ ਤੁਹਾਡੇ ਦੋਵਾਂ ਦੇ, ਅਤੇ ਇੱਕ ਦੂਜੇ ਨੂੰ ਪੁੱਠਾ ਟੰਗਣਾ, ਕੁੱਤਾ ਬਿੱਲਾ ਗਾਲਾਂ ਸਾਲਾ ਇਸ ਤਰ੍ਹਾਂ ਕਹਿਣਾ, ਇਹਨਾਂ ਚੀਜ਼ਾਂ ਦਾ ਕੀ ਫਾਇਦਾ ਤੁਹਾਡੇ ਦੋਵਾਂ ਦਾ ਹਾਲ? ਮੈਂ ਸਵੇਰੇ ਇੱਕ ਕਹਾਵਤ ਸੁਣਦਾ ਸੀਗਾ ਸਾਰ ਸਵਰਨ ਸਿੰਘ ਟਹਿਣਾ ਦੀ, ਉਹ ਬੋਲ ਰਹੇ ਸੀਗੇ ਕਿ ਇੱਕ ਰਾਜੇ ਨੇ ਇੱਕ ਵਾਰੀ ਆਪਣੀ ਸਾਰੀ ਪਰਜਾ ਨੂੰ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਔਰ ਉਹਦੇ ਨਾਲ ਨਾਲ ਇੱਕ ਗਧਾ ਵੀ ਬੰਦ ਕਰ ਦਿੱਤਾ, ਅਤੇ ਤੁਹਾਡੇ ਦੋਵਾਂ ਦੇ ਵਿੱਚੋਂ ਉੱਥੋਂ ਲੰਘਣ ਡਿਆ ਸੀਗਾ ਅਤੇ ਉਹ ਰੋਕ ਕੇ ਪੁੱਛਦਾ ਵੀ ਇਹ ਗਧੇ ਦਾ ਕੀ ਕਸੂਰ ਆ? ਮਤਲਬ ਪਰਜਾ ਵੱਲ ਧਿਆਨ ਨਹੀਂ ਕਿ ਜਿਹੜਾ ਮੁੱਦਾ ਚੁੱਕਣਾ ਚਾਹੀਦਾ ਵਾ, ਉਹ ਪਰਜਾ ਵੱਲ ਧਿਆਨ ਨਹੀਂ ਦਿੱਤਾ ਅਤੇ ਗਧੇ ਵੱਲ ਧਿਆਨ ਦਿੱਤਾ ਵੀ ਗਧਾ ਅੰਦਰ ਕੋ ਦਿੱਤਾ। ਸੋ ਉਹਨਾਂ ਮੁੱਦਿਆਂ ਦੇ ਉੱਤੇ ਤੁਸੀਂ ਗਧਿਆਂ ਵਾਲੀ ਰਾਜਨੀਤੀ ਜਿਹੜੀ ਕਰਦੇ ਹੋ, ਲੋਕਾਂ ਦੀ ਆਵਾਜ਼ ਚੁੱਕੋ, ਜਿਹੜੇ ਲੋਕਾਂ ਲਈ ਮੁੱਦੇ ਚੁੱਕਣੇ ਚਾਹੀਦੇ ਆ। ਜੇ ਮੁੱਦੇ ਚੁੱਕ ਕੇ ਵਾਹ ਵਾਹ ਵਾਹੀ ਖੱਟਣ ਦਾ ਹਰ ਬੰਦੇ ਨੂੰ ਸ਼ੌਂਕ ਆ, ਮੈਨੂੰ ਵੀ ਆ ਕਿ ਲੋਕ ਮੈਨੂੰ ਸਲਾਉਣ, ਹਰ ਬੰਦੇ ਨੂੰ ਰਾਜਨੀਤੀ ਕੀ ਕਿਸੇ ਪ੍ਰੋਫੈਸ਼ਨ 'ਚ ਵੀ ਹੋਵੇ, ਹਰ ਬੰਦਾ ਚਾਹੁੰਦਾ ਕਿ ਮੇਰੀ ਸ਼ੋਭਾ ਹੋਵੇ। ਜੇ ਤੁਸੀਂ ਵਾਹ ਵਾਹੀ ਖੱਟਣੀ ਚਾਹੁੰਦੇ ਹੋ ਤਾਂ ਰੇਤਾ ਦੇ ਉੱਤੇ, ਰੇਤ ਮਾਫੀਆ 'ਤੇ, ਸ਼ਰਾਬ ਮਾਫੀਆ 'ਤੇ, ਟਰਾਂਸਪੋਰਟ ਮਾਫੀਆ 'ਤੇ, ਚੈਨਲ ਮਾਫੀਆ 'ਤੇ, ਮੈਡੀਸਨ ਮਾਫੀਆ 'ਤੇ, ਸਕੂਲ ਮਾਫੀਆ ਦੇ ਉੱਤੇ ਮੁੱਦੇ ਚੁੱਕੋ ਅਤੇ ਇਹਨਾਂ ਨੂੰ ਹੱਲ ਕਰਨ ਦੀਆਂ ਕੋਈ ਗੱਲਾਂ ਕਰੋ। ਪਰ ਇਹ ਤੁਸੀਂ ਚੁੱਕ ਹੀ ਨਹੀਂ ਸਕਦੇ ਕਿਉਂਕਿ ਇਹਨਾਂ ਦੇ ਵਿੱਚ ਜਾਂ ਤਾਂ ਤੁਹਾਡਾ ਆਪਣਾ ਅਤੇ ਜਾਂ ਤੁਹਾਡੇ ਆਪਣੇ ਸਾਥੀਆਂ ਦੀ ਭਾਈਵਾਲੀ ਆ, ਅਤੇ ਫਿਰ ਤੁਸੀਂ ਇਹ ਮੁੱਦੇ ਚੁੱਕੋਗੇ ਕਿੱਦਾਂ? ਸਿਰਫ ਪੰਜਾਬ ਨੂੰ ਸ਼ਦਾਈ ਨਾ ਬਣਾਓ ਕਿ ਵਿੱਚੋਂ ਵਿੱਚ ਹੀ ਖਾਈ ਜਾਓ ਅਤੇ ਉੱਤੋਂ ਰੌਲਾ ਪਾਈ ਜਾਓ।
आपस दे विच लड़ के सानू लोगों नू तुसी मूर्ख समझ रहे हो। मुद्दियां दी गल करो, पिछले दह सालां च तुसी किन्ना के किसे नू अंदर दे दिता, इन्ने साढ़े चौं सालां दे विच कैप्टन जां सिद्धू ने किन्ना के अंदर किसे नू दे दिता। मैं भी तुहाडी राग राग तों वाक बया, मैं तुहाडे नाल ही काम कीता। जे मैं तुहाडे दोवां बारे इह कह लवां ना कि ना खंजर उठेगा ना तलवार उनसे, ये बाजू मेरे अजमाए हुए हैं। किसी ने कख नहीं करना, सिर्फ रौला जिहड़ा उह कुर्सी दा भी किसे तरीके लोगों नू शदाई बना के उस कुर्सी के उत्ते बैठा जाए। बाकी मैं बिक्रम मजीठिया तेनू जरूर यह कहना चाहना कि सिद्धू का तो काम ही यो सीगा, उन्हूं तो दुनिया कहना ही शुरू हो गई भी वह भांडिया। मैं पहला भी कहा कि यदी ना तो कोई वरंटी आ ते ना कोई गरंटी आ, यदी सिर्फ 60 दिन की यदी म्याद होंदी आ, जिथे भी यह जाता सिर्फ 60 दिन की। उस तो बाद एडी हाई स्पीड गड्डी आ, बहुत तेज यदि स्पीड आ, तो ब्रेक यदि है ही नहीं, यह किसी ना किसी वज ही जाता वा। और वो बंदा फिर कांग्रेस के ट्रैप च आ गया, और कांग्रेस वालों नूं लगता सीगा कि इन्हें आप च चले जाना, इन्हूं पहला ही कुछ ना कुछ दे के दा मूँह काला करके इन्हें अपनियां हरकतां ने अपनी जिहड़ी बेइज्जती वह आप ही करा लेनी आ। वह चंगा भला बंदा एक कांग्रेस के ट्रैप च फसिया, जिहड़ा अपने आप नूं वह बड़ा चलाक समझदा वा, उन्हें अगों भी पता नहीं कित्थे जाना वा। पर उहदी इक खासियत आ, तूं उहदे मगर ना लग, वह सैलीब्रिटी आ, उहनूं हर अखबार ने, हर टीवी ने, हर सोशल मीडिया ने चौकी लैना। वह कुछ भी बोले, वह मंदा बोले, वह चंगा बोले, क्योंकि उहदा इक कद आ, उहदा इक नाम आ। तूं उहदे मगर कित्थे मेंटल होण नूं फिरदा वा, तेरा तो वह हाल हो गया। जे तूं हुण वी उहदे मगर मुद्दियां दी गल छड्ड के ते उहनूं सिर्फ नीवा विखाउण लई ते उहनूं चार गालां तुसीं इक दूजे नूं कढ़ी जाओ, ते फिर ते मैं तुहाडे दोवां लई इह दो लैणा कह के समाप्ति करूंगा, क्योंकि मैं तुहाडी दोवां दी बड़ी टौर वेखी आ। पर हुण तुसीं उस पद्धर ते आ गए हो, जे मैं लैणा तुहाडे लई दो कहां कि मैंने देखा है, मैंने देखा है जो मर्दों की तरह रहते थे, मसखरे बन गए दरबार में रहने के लिए, अब तो बदनामी से शोहरत का वो रिश्ता है, लोग नंगे हो जाते हैं अखबार में रहने के लिए। वो हालात ना करो, पंजाब दे मुद्दियां दी गल करो, पंजाब दे उत्ते चर्चा करो, पंजाब दे मुद्दे हल कराउण दी गल करो, ता जो लोग तुहानू भी सलाउण लग पैण।